ਹੈਲੋ ਹਾਂਜੀ ਹਾਂਜੀ ਬਾਲੀ ਸਾਹਿਬ ਹਾਂਜੀ ਸਾਬੀ ਸਾਹਿਬ ਹੁਣ ਕਰੋ ਗੱਲ ਬਦਤਮੀਜ਼ੀਆਂ ਕਰਨ ਲੱਗ ਗਏ ਸੀ ਵਿੱਚ ਵਿੱਚ ਤੁਸੀਂ ਉਹ ਚ ਜਰੂਰੀ ਭਰਾਣਾ ਇਹਨੂੰ ਪਿਆ ਦਿਓ ਥੋੜਾ ਜਿਹਾ ਸਾਰੀ ਰਾਤ ਨੱਚੀ ਜਾਏਗੀ ਤੁਹਾਨੂੰ ਤੇ ਕੁਛ ਵੀ ਲੱਗ ਜਾਂਦਾ ਨਾ ਹਾਂ ਲੱਗ ਜਾਂਦਾ ਮੈਨੂੰ ਚੱਲ ਸੁਣਾ ਫਿਰ ਇੱਧਰ ਕੀ ਮੇਰੀ ਕੁਰਸੀ ਤੇ ਬਹਿਣਾ ਜ਼ਿੰਦਗੀ ਬਹੁਤ ਹੋ ਸਕਦੀ ਹੈ ਸਾਡੀ ਪਰ ਆਪਾਂ ਕਰਨੀ ਨੀ ਕਿਉਂ ਕੇਸ ਹੋ ਜਾਂਦਾ ਪਿੱਛੇ ਹਾਂ ਗਾਣਾ ਸੁਣਾ ਕੋਈ ਸਾਬੀ ਸਾਹਿਬ ਆ ਗਾਣਾ ਸੁਣੋ ਤੁਸੀਂ ਮਹਾਰਾਜ ਅੱਛਾ ਜਿਹੜੇ ਤੁਸੀਂ ਡਿਮਾਂਡ ਕੀਤਾ ਗਾਣਾ ਮੈਂ ਉਹੀ ਸੁਣਾਵਾਂਗਾ ਕਿਹੜਾ ਅੱਛਾ ਨੱਚਣ ਤੋਂ ਪਹਿਲਾਂ ਨੱਚਣੇ ਤੋਂ ਪਹਿਲਾਂ ਉਹ ਕਹਿ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦਿਆਂਗੇ ਸੱਚਣੇ ਤੋਂ ਪਹਿਲਾਂ ਮੌਕਾ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦਿਆਂਗੇ ਇੱਕ ਸੋਨੇ ਦਾ ਗੋਕਾ ਦਿਆਂਗੇ ਇੱਕ ਸੋਨੇ ਦਾ ਗੋਕਾ ਦਿਆਂਗੇ ਨੱਚ ਨੱਚ ਪਾਉ ਜੋ ਤਵਾ ਉਹਨੂੰ ਦਿਲ ਵੀ ਦਿਆਂਗੇ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾ ਉਹਨੂੰ ਦਿਲ ਵੀ ਦਿਆਂਗੇ ਨੱਚਿਆ ਜੋ ਸਾਡੇ ਨਾ ਨੱਚ ਪਿਆ ਇੱਧਰ ਦੇ ਦੋ ਡੋਨੇਟ ਕਰਨੇ ਚਾਹੀਦੀ ਹੈ ਇਹ ਦਿਲ ਕਰੇਗੀ ਗੁਰਦੇ ਕਿਸੇ ਹੋਰ ਨੂੰ ਦੇ ਦੇਗੀ ਫਿਰ ਆਖਾਂਗੇ ਹੋਰ ਨੂੰ ਦੇ ਦੇ ਚੰਗੀ ਗੱਲ ਤੁਹਾਨੂੰ ਦਿਲ ਚਾਹੀਦਾ ਤੁਹਾਨੂੰ ਦਿਲ ਦੇ ਦੇ ਨਿੱਕੇ ਹਾਥੀਆਂ ਤੇ ਸਵਾਰੀ ਕਰਨ ਵਾਲੇ ਰਾਜਾ ਸਾਹਿਬ ਇੱਧਰ ਦੇਖਿਓ ਮਾੜਾ ਜਿਹਾ ਖਾਲੀ ਢਿੱਡ ਘੋੜਿਆਂ ਨੂੰ ਦੌੜਾਉਣ ਵਾਲੇ ਹੋ ਦੇਖਿਓ ਜਰਾ ਇੱਧਰ ਮਹਾਰਾਜ ਪ੍ਰਿੰਸ ਸਾਹਿਬ ਜਰਾ ਖਾਲੀ ਪੇਟ ਘੋੜਿਆਂ ਨੂੰ ਦੌੜਾਉਂਦੇ ਐਸੇ ਰਾਜਾ ਆ ਫਿਰ ਕਹਿੰਦੇ ਚਲੋ ਮੈਦਾਨ ਚ ਚੱਲੀਏ ਘੋੜੇ ਜਵਾਬ ਦੇ ਦਿੰਦੇ ਇਹੋ ਜਿਹਾ ਰਾਜ ਨੂੰ ਜਾ ਤਾਂ ਥੱਲੇ ਉੱਤਰ ਕੀ ਹੋਇਆ ਤੁਸੀਂ ਪਾਲੀ ਸਾਹਿਬ ਤੁਸੀਂ ਜੋ ਮਾਦੀ ਕਰ ਪਰ ਲਵ ਯੂ ਟੂ ਆਪਣੀ ਆ ਬਸ ਬਹੁਤ ਅੱਛੇ ਉਹ ਭਰਾਵਾ ਹਜੇ ਦੋ ਬਾਬੇ ਵੀ ਆ ਲੈਣ ਚ ਤੁਸੀਂ ਲਿਖੀ ਉੱਚੀ ਹੋ ਬਾਬੇ ਸਾਲ ਤੋਂ ਚੱਲੇ ਆ ਰਹੇ ਆ ਹਾਂ ਤੇ ਉਹਨਾਂ ਨੇ ਚੱਲਣਾ ਵੀ ਗਾਂ ਸਾਲੋ ਸਾਲ ਹੀ ਆ ਪੁਰਾਣੇ ਆ ਨਾ ਬਾਬੇ ਹੋਰ ਲੋ ਜੀ ਹਾਂ ਕੀ ਕਹਿ ਰਹੀ ਸੀ ਤੂੰ ਕਿਹੜੀ ਗੱਲ ਤੂੰ ਨੋਟ ਕੀਤੀ ਆ ਪੰਜ ਦੱਠੀ ਪੇਅਰ ਦਾ ਤੇਰਾ ਮੂੰਹ ਨੋਟ ਤੂੰ ਕਿੱਥੋਂ ਕਰ ਲਈ ਮੈਂ ਇਹ ਗੱਲ ਨੋਟ ਕੀਤੀ ਹੈ ਵੀ ਮੇਰੀ ਫੈਨ ਫੋਲੋਇੰਗ ਵੱਧ ਗਈ ਬੇਟਾ ਤੇਰੀ ਫੈਨ ਫੋਲੋਇੰਗ ਨਹੀਂ ਵੱਧ ਗਈ ਤੇਰੀ ਸਾਰਿਆਂ ਦਾ ਸਵਾਗਤ ਹੈ ਇੱਥੇ ਮੈਂ ਪਲ ਪਲ ਦੀਪਕ ਦੇ ਨਾਲ ਤੁਸੀਂ ਆਪਣਾ ਫੇਵਰੇਟ ਚੈਨਲ ਦੇਖ ਰਹੇ ਹੋ ਜਿਹਦਾ ਨਾਮ ਹੈ ਡਾਊਨ ਟੂ ਅਰਥ ਅੱਜ ਆਪਾਂ ਪਹੁੰਚ ਚੁੱਕੇ ਹਾਂ ਮਜਾਕਪੁਰ ਥਾਣੇ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਇੰਸਪੈਕਟਰ ਪਾਲੀ ਜੀ ਦੇ ਨਾਲ ਕਿੱਥੋਂ ਨਿਕਲਦੀ ਹੈ ਆਓ ਇਹਨਾਂ ਤੋਂ ਪੁੱਛਦੇ ਹਾਂ ਇੱਕ ਮੈਂ ਲੱਪੜ ਮਾਰੂ ਕੈਮਰਾ ਬੰਦ ਕਰ ਲੈਣਾ ਸੀ ਯਾਰ ਆਓ ਗੱਲਬਾਤ ਕਰਦੇ ਹਾਂ ਇੰਸਪੈਕਟਰ ਪਾਲੀ ਜੀ ਦੇ ਨਾਲ ਹਾਂਜੀ ਪਾਲੀ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਨੀ ਚੰਗਾ ਹੋਣਾ ਤੇਰੀ ਸ਼ਕਲ ਦਾ ਤੇ ਮੈਨੂੰ ਪਹਿਲੇ ਪਤਾ ਲੱਗ ਗਿਆ
ਫੇਸਬੁੱਕ ਡਾਊਨਲੋਡ ਕਰਕੇ ਦਿੱਤੀ ਜਿਹਦਾ ਪ੍ਰਭਾਵ ਗਲਤ ਪੈ ਗਿਆ। ਓ ਕੌਣ ਹੋ ਤੂੰ? ਓ ਕੀ ਹੁੰਦਾ ਏ, ਦੇਖੋ ਜੀ ਕਿਦਾਂ ਗੰਦੀ ਸ਼ਬਦਾਵਲੀ ਨਾਲ ਗੱਲ ਕਰਦੇ, ਮੈਨੂੰ ਲੱਗਦਾ ਘਰੇ ਵੀ ਓ ਨਾਲ ਹੀ ਗੱਲ ਕਰਦੇ ਹੋਣਗੇ। ਓ ਯਾਰ ਮੈਨੂੰ ਨਮਸਤੇ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਆ ਜਿਹੜੇ ਡਾਊਨ ਟੂ ਅਰਥ ਚੈਨਲ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਇਹ ਭਾਈ ਸਾਹਿਬ ਆਏ ਆ, ਪਹਿਲੀ ਗੱਲ ਤਾਂ ਇਹਨਾਂ ਦਾ ਮੈਨੂੰ ਐਂਟਰੀ ਦਾ ਕੋਈ ਮਤਲਬ ਅਹਿਸਾਸ ਨਹੀਂ ਸੀ, ਨਾ ਕੋਈ ਨੋਟਿਸ ਸੀ ਇਹਨਾਂ ਨੇ ਆਉਣਾ, ਤੇ ਇੱਕਦਮ ਐਂਟਰੀ ਦੀ ਗੱਲ ਕਰਦੇ, ਐਂਟਰੀ ਨੂੰ ਮੈਂ ਕੀ ਜਗਰਾਤੇ ਲਾਉਣਾ? ਦੇਖੋ ਜੀ ਕਿਦਾਂ ਦੀ ਸ਼ਬਦਾਵਲੀ ਵਰਤਦੇ ਆ, ਇੱਕ ਛੋਟੇ ਜਿਹੇ ਕੈਦੀ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਪਹਿਲੀ ਰਿਪੋਰਟ ਵਿੱਚ ਹੀ ਵਿਅਸਤ ਨਹੀਂ, ਆਓ ਆਪਾਂ ਛੋਟੇ ਜਿਹੇ ਹਾਥੀ ਨਾਲ ਗੱਲ ਕਰਦੇ ਹਾਂ। ਹਾਂਜੀ ਹਾਥੀ ਜੀ, ਹਾਥੀ ਮੇਰਾ ਸਾਥ ਨਹੀਂ ਦੇਣਾ ਚਾਹੁੰਦੇ। ਠੀਕ ਹੈ ਵਾ, ਲਓ ਜੀ ਇਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਮੈਂ ਕੀ ਕਹਿਣਾ, ਸੋ ਆਓ। ਉਹ ਤੂੰ ਪੁੱਛੇਗਾ ਕੁਝ ਤਾਂ ਹੀ ਕਹੂੰਗਾ। ਕੀ ਕਹਿਣਾ ਚਾਹੁੰਦਾ? ਮੈਂ ਤਾਂ ਇਹ ਪੁੱਛਿਆ, ਮੈਂ ਕੁਝ ਐਸਾ ਵੈਸਾ ਕਹਿ ਦੇਣਾ ਜੀ। ਲਓ ਜੀ ਫਿਰ ਐਸਾ ਵੈਸਾ ਵੀ ਤੂੰ ਕਾਲ ਕਰਤਨੀ ਹੈ, ਫਿਰ ਮੀਡੀਆ 'ਚ ਹਿੱਟ ਹੋ ਜਾਗੇ ਨਾ। ਉਹ ਬਹੁਤ ਅੱਛੇ, ਬਹੁਤ ਮੀਡੀਆ 'ਚ ਹਿੱਟ ਹੁੰਦਾ, ਤੀਸਰੇ ਗੁਆਂਢੀ ਨੂੰ ਪਤਾ ਨਹੀਂ ਹੈਗਾ ਤੁਹਾਡੇ ਘਰ ਕੀ ਹੁੰਦਾ, ਤੇ ਤੂੰ ਉਹ ਹਿੱਟ ਹੋ ਜਾਣਾ ਹੈ, ਇੱਥੇ ਹੋ ਜਾਊਗਾ ਡਾਊਨ ਟੂ ਅਰਥ 'ਚ। ਇੱਕ ਮਿੰਟ ਭਾਜੀ ਮੈਨੂੰ ਜ਼ਰਾ 2 ਮਿੰਟ ਦੇ ਦਿਓ, ਤੁਹਾਡੇ ਨਾਲ ਮੈਂ ਜ਼ਰੂਰ ਗੱਲ ਕਰਾਂਗਾ, ਸਾਡੇ ਨਾਲ ਕਾਲਰ ਬਹੁਤ ਸਾਰੇ ਆ ਰਹੇ ਆ। ਬਿਲਕੁਲ ਜੀ ਬਿਲਕੁਲ, ਕਰੋ ਗੱਲਬਾਤ, ਮੈਂ ਇੱਥੇ ਵੀਡੀਓ ਬਣਾ ਕੇ ਤੁਹਾਨੂੰ ਸਿੱਧਾ ਲਾਈਵ ਪ੍ਰਸਾਰਣ ਦਿਖਾਣਾ ਜੀ। ਮਾਈਕ ਆਨ ਕਰ ਲੈ ਭਾਈ। ਭਾਈ ਪਹਿਲੇ ਮਾਈਕ ਆਨ ਆ ਕਿ ਤੇਰਾ ਬੰਦ ਆ ਹੈਗਾ ਤੇ ਆਵਾਜ਼ ਨਹੀਂ ਆ ਰਹੀ ਸਾਰਿਆਂ ਨੂੰ? ਲਓ ਜੀ ਇਹ ਤਾਂ ਗੱਲ ਹੀ ਮਕਾਤੀ ਜੱਟਾ ਸਾਹਿਬ ਨੇ, ਤੇਰਾ ਮਾਈਕ ਬੰਦ ਆ ਕਹਿੰਦੇ ਮਾਈਕ ਬਾ। ਚਲੋ ਜੀ ਇਹ ਜਿਹੜੀਆਂ ਪਹਿਲੀਆਂ ਗੱਲਾਂ ਹੋਈਆਂ ਉਹ ਤਾਂ ਰਿਕਾਰਡ ਨਹੀਂ ਹੋਈਆਂ। ਹਾਂਜੀ ਪਹਿਲੇ ਇੱਕ ਮਿੰਟ ਗੱਲ, ਤੁਸੀਂ ਕਹਿੰਦੇ ਹੋ ਦਾਨ ਕਰੋ ਪਾਠ ਪਾਲੀ ਜੀ। ਹਾਂਜੀ ਤੁਸੀਂ ਕਹਿੰਦੇ ਹੋ ਦਾਨ ਕਰੋ ਪਾਠ, ਮੈਂ ਹੁਣ ਆਪਣੇ ਅਗਰ ਅੱਖ ਦੇ ਦੇ ਆ ਕਿਸੇ ਜਵਾਨ ਮੁੰਡੇ ਨੂੰ ਤੇ ਉਹ ਲਵ ਨੂੰ ਮਾਰੇ ਅੱਖ, ਤੇ ਬਦਨਾਮੀ ਮੇਰੀ ਹੋਏਗੀ ਕਿ ਉਹਦੀ? ਪਾਪ ਮੈਨੂੰ ਚੜੇਗਾ ਕਿ ਮੁੰਡੇ ਨੂੰ? ਮਾਰੇ ਨਾ ਅੱਖ ਦੇ ਨੂੰ ਕਿਹਾ ਕਰਤੂਤਾ ਨਹੀਂ। ਹਾਂਜੀ ਮੈਂ ਅੱਖ ਦੇ ਨੂੰ ਕਿਹਾ ਕਰਤੂਤਾ ਨਹੀਂ, ਮਜਬੂਰ ਕੀਤਾ ਆ ਉਹ ਨੀ ਦੇਣੀ ਅਗਲੇ ਬੰਦੇ ਨੂੰ, ਸਿਰਫ ਉਹਨੂੰ ਅੱਖ ਹੀ ਦੇਣੀ ਹੈ। ਸਰ ਤੁਸੀਂ ਗੱਲ ਤੇ ਨੋਟ ਕਰੋ, ਕਹਿ ਰਹੇ ਲਵ ਨੂੰ ਜੇ ਅੱਖ ਮਾਰੇ, ਅੱਖ ਨਾਲ ਵੱਡਾ ਬੜੀਆਂ ਚੀਜ਼ਾਂ ਕਹਿਣਾ, ਅੱਖ ਨਾਲ ਹੀ ਪਿਆਰ ਹੁੰਦਾ, ਅੱਖ ਨਾਲ ਹੀ ਗੁੱਸੇ ਹੁੰਦਾ, ਅੱਖ ਨਾਲ ਹੀ ਸ਼ਰਮਾਕਲ ਹੁੰਦੀਆਂ ਅੱਖਾਂ। ਹਾਂਜੀ ਹਾਂਜੀ ਹਾਂਜੀ, ਇਹ ਅੱਖਾਂ ਇੱਕ ਦੂਜੇ ਨੂੰ ਦੇਖ ਨਹੀਂ ਸਕਦੀਆਂ, ਪਰ ਇਹਨਾਂ ਦਾ ਪਿਆਰ ਆਪਸ ਵਿੱਚ ਇਕੱਠੀਆਂ ਸੋਦੀਆਂ, ਇਕੱਠੀਆਂ ਜਾਗਦੀਆਂ, ਇਕੱਠੀਆਂ ਪਿਆਰ ਕਰਦੀਆਂ। ਕਿਆ ਬਾਤ ਹੈ ਕਿਆ ਬਾਤ, ਮੈਂ ਤੇ ਇੱਕੋ ਅੱਖ ਦਿੱਤੀ ਤੇ ਲਵ ਤੂੰ ਅੱਖ ਵੱਲ ਨਾ ਧਿਆਨ ਕਰੀ ਮੇਰੀ ਵੱਲ, ਤੇ ਜਦੋਂ ਰੋਸ਼ਨੀ ਜਾਂਦੀ ਉਦੋਂ ਇਕੱਠੀਆਂ ਦੀ ਚੱਲ ਜਾਂਦੀ, ਇਹ ਵੀ ਹੁੰਦਾ ਕਈ ਵਾਰੀ? ਇਹ ਤੇ ਹੈ ਹਨਾ, ਬਹੁਤ ਇਮੋਸ਼ਨਲ। ਮੈਂ ਦੱਸਿਆ ਨਾ ਕਿ ਬੱਸ 'ਚ ਬੈਠੇ ਹੋ ਨਾ, ਇੱਕ ਸੈਕਿੰਡ, ਬੱਸ 'ਚ ਬੈਠੇ ਹੋਵੋ ਨਾ, ਜੇ ਕੰਡਕਟਰ ਸੋ ਜਾਵੇ ਤੇ ਕਿਸੇ ਨੂੰ ਟਿਕਟ ਨਹੀਂ ਮਿਲਦੀ, ਤੇ ਜੇ ਡਰਾਈਵਰ ਸੋ ਜਾ ਤੇ ਸਾਰਿਆਂ ਦੀ ਟਿਕਟ ਕੱਟੀ ਜਾਂਦੀ। ਇਹ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਚੱਡਾ ਸਾਹਿਬ ਤੁਹਾਡਾ। ਤੇ ਲਓ ਜੀ ਸੁਖਦੇਵ ਜੀ ਦਾ ਵੀ ਫੋਨ ਆ ਗਿਆ, ਇਹਨਾਂ ਦਾ ਵੀ ਲੱਗਿਆ ਹੱਥ ਗੱਲ ਕਰਨ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ ਸੁਖਦੇਵ ਜੀ? ਲਵ ਯੂ ਟੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਤੇ ਆ ਤੇ ਤੂੰ ਦਿੱਲੀ ਗੱਲ ਕਰਦੀ, ਤੂੰ ਕਹਿੰਦੀ ਹੈ ਤੈਨੂੰ ਨਾਲੇ ਕੋਠੀ ਪਵਾ ਕੇ ਦੇਣੀ ਹੈ, ਤੈਨੂੰ ਮੈਂ ਜਲੰਧਰ ਕੋਠੀ ਪਾ ਕੇ ਦੇਣਾ, 7 ਮੰਜ਼ਲੀ। ਜਲੰਧਰ 7 ਮੰਜ਼ਲੀ ਕੋਠੀ ਪਾ ਕੇ ਦੇਣੀ? ਹਾਂਜੀ, ਆਈ ਲਵ ਯੂ ਟੂ ਨੂੰ ਜੀ। ਲਓ ਜੀ ਕਰੋ ਗੱਲ, ਮਤਲਬ ਮੇਰੇ 7 ਫਲੈਟ ਹੋਣਗੇ। ਕਿਆ ਬਾਤ ਹੈ ਕਿਆ ਬਾਤ ਹੈ, ਜਿੱਦਾਂ ਦੀ ਟਿੱਲੀ ਬਾਤ ਵਿੱਚ ਬੋਲਣ ਦੇ, ਮੈਨੂੰ ਲੱਗਦਾ ਉਹਨਾਂ ਨੇ ਕੋਠੀ ਪਵਾਉਣੀ ਇਹਨਾਂ ਨੂੰ। ਕੱਲ 4 ਰੋਟੀਆਂ ਖਾ ਗਏ, 12 ਰੋਟੀਆਂ ਖਾ ਗਿਆ, ਅੱਜ ਵੀ 12 ਰੋਟੀਆਂ ਖਾ ਗਿਆ ਜੀ ਪਾਲੀ ਜੀ, ਇੰਨੀ ਮੈਨੂੰ ਖੁਸ਼ੀ ਹੋਈ ਮੇਰੇ ਦਿਲ ਦੇ ਵਿੱਚ। ਅੱਛਾ ਕਿਸ ਗੱਲ ਦੀ ਖੁਸ਼ੀ ਹੈ, ਜਰਾ ਬਿਆਨ ਕਰੋਗੇ ਸਾਨੂੰ? ਜੀ ਜੀ ਮੇਰੇ ਨਾਲ ਹੋ ਜੇ ਨਾ ਬਸ, ਚੱਟ ਮੰਗਣੀ ਤੇ ਪੱਟ ਸ਼ਾਦੀ। ਨਹੀਂ ਪਿਛਲੀ ਲਵ ਯੂ ਦੀ ਤੇ ਤੁਸੀਂ ਘਰ ਫੋਟੋ ਦਿਖਾਤੀ ਦੀ ਦਿਖਾਤੀ ਹੈ ਪਾਲੀ, ਬੜੀ ਸੋਹਣੀ ਲੱਗ ਰਹੀ ਮੈਨੂੰ ਤੇ, ਐਂ ਲੱਗ ਰਹੀ ਹੈ ਜਿਸ ਤਰ੍ਹਾਂ ਮੀਨਾ ਕੁਮਾਰੀ ਹੁੰਦੀ ਹੈ। ਤੁਹਾਨੂੰ ਐਂ ਨਹੀਂ ਲੱਗਦਾ ਕਿ ਪਰਸੋਂ ਦਾ ਖਮੀਰੇ ਆਟੇ ਵਰਗਾ ਮੂੰਹ ਹੈ ਇਹਦਾ? ਪਾਲੀ ਮੈਂ ਤਾਂ ਬੜੀ ਸੋਹਣੀ ਲੱਗੀ ਸੀ, ਮੈਂ ਤਾਂ ਹੁਣ ਹਾਂ ਕਰੇ ਨਾ ਤੇ ਮੈਂ ਫੇਰ ਹੀ ਠਾਂ ਕਰਕੇ ਵਿਆਹ ਕਰਾ ਲਾਂਗੇ ਨਾਲ। ਹਾਂ ਸੱਚ, ਤੁਹਾਡੀ ਉਮਰ ਵੀ ਜ਼ਿਆਦਾ ਤੇ ਕਈ ਵਾਰੀ ਉਹ ਨਜ਼ਰ ਤੇ ਵੀ ਪ੍ਰਭਾਵ ਪੈਂਦਾ ਹੁੰਦਾ। ਪਾਸਪੋਰਟ ਤੇ ਮੋਹਰ ਲਵਾ ਕੇ ਦੇਣੀ ਤੁਹਾਨੂੰ? ਮੇਰਾ ਜਿਹਨੂੰ ਪੁੱਛਣਾ ਉਹਨੂੰ ਪੁੱਛੋ ਨਾ। ਵਾਹ ਜੀ ਵਾਹ, ਦੇਖੋ ਜਿਹੜੀ ਤੂੰ ਨਾ ਏਦਾਂ ਹੋਰ ਆ ਜਾ, ਮੈਂ ਤੁਹਾਡੇ ਕਲੋਜ਼ ਨਾ ਹਾਂ, ਉਧਰ ਗੱਲ ਕਰ। ਹਾਂਜੀ ਦੱਸੋ, ਫਿਰ ਨੇੜੇ ਆ ਗਈ। ਲਵ ਯੂ ਟੂ ਜੀ, ਦੱਸੋ ਮੈਨੂੰ, ਲਵ ਯੂ ਟੂ ਜੀ, ਦੱਸੋ ਮੈਨੂੰ ਪਲੀਜ਼। ਦੱਸਾਂ ਕੀ ਤੇ ਦੱਸੋ,
ਆਵਾਜ਼ ਕਿੰਨੀ ਛੱਡੀ ਹੈ, ਚਾਰ ਬੰਦੇ ਨੇ ਦੱਸਣਾ ਤੁਹਾਨੂੰ। ਲਓ ਜੀ ਉਹ ਮਾਰਤਾ ਵਿਆਹ ਦਾ ਪ੍ਰਪੋਜ਼ ਕਰ ਦਲ। ਮੈਨੂੰ ਥੋੜਾ ਸੋਚਣ ਦਾ ਟਾਈਮ ਦਿਓ। ਵਾਹ ਜੀ ਵਾਹ, ਤੈਨੂੰ ਟਾਈਮ ਦਿਓ। ਟਾਈਮ ਕਿਸੇ ਨੇ ਟਾਈਮ ਜੀ ਰੱਖਿਆ ਤੂੰ ਹੁਣ ਹਾਂ ਕਰ ਦੇ। ਤੂੰ ਐਦਾ ਕਰ, ਤੂੰ ਐਦਾ ਕਰ 15 ਸਾਲ ਦਾ ਟਾਈਮ ਲੈ ਲੈ। ਇਹਨਾਂ ਕੋਲ 2 ਸਾਲ ਦਾ ਹੀ ਹੋਣਾ ਤੇ ਦੇਖ ਲਾ ਉਸ ਹਿਸਾਬ ਨਾਲ। ਤੇ ਤੁਹਾਡੀ ਪ੍ਰਾਪਰਟੀ ਕਿੰਨੀ ਹੈ ਪਹਿਲੇ ਦੱਸੋ। ਕੱਲ ਵੀ ਸੁਣਾਇਆ ਸੀ ਗੇਟ ਲਾ ਪਹਿਲੇ ਤੇ ਪੁੱਤਰ ਬਾਹਰੋਂ। ਇਹ ਰਿਪੋਰਟ ਤੇ ਤਾਂ ਬਾਹਰ ਜਾਏਗੀ ਨਾ ਕਿ ਜੇ ਇਹ ਬਾਹਰ ਜਾਣਗੇ ਤੇ ਇੱਥੋਂ ਤੇ ਨਹੀਂ ਚੱਲ ਜਾਣੀ। ਲਾ ਗੇਟ, ਗੱਲਬਾਤ ਕਿਤੇ ਨਾ ਕਰਨਾ ਪੁੱਤਰ। ਆਪਣੀਆਂ ਰਿਪੋਰਟਾਂ ਚੈੱਕ ਕਰ ਜਿਹੜੀਆਂ ਡਾਕਟਰ ਨੇ ਦਿੱਤੀਆਂ। ਕੀ ਕਹਿੰਦਾ ਡਾਕਟਰ, ਉਹਦਾ ਕੀ ਰਿਲੀਫ ਲੈ ਸਕਦਾ ਤੂੰ, ਕਿੱਦਾਂ ਹੋ ਸਕਦਾ ਉਹ ਦੇਖ। ਡਾਕਟਰ ਕਹਿੰਦਾ ਕੁਛ ਨਹੀਂ ਹੋ ਸਕਦਾ ਤੇਰਾ। ਨਹੀਂ ਨਾ ਹੋ ਸਕਦਾ ਤੇ ਫਿਰ ਚੁੱਪ ਕਰਕੇ ਖਲੋਤਾ ਰਹਿ। ਉਹ ਗੱਲ ਸੁਣ ਓਏ। ਹਾਂ ਜੀ। ਪਹਿਲੀ ਗੱਲ ਤੇ ਪੁੱਤਰ ਨਿੱਕੇ ਸਪੀਕਰ ਵਰਗੀ ਆਵਾਜ਼ ਹੈ ਤੇਰੀ, ਉਹ ਨਹੀਂ ਮਿਲ ਜਾਂਦੇ ਚਾਈਨੀਜ਼ ਜਿਹੜੇ ਹੁੰਦੇ ਟੂਟਰ। ਹਾਂ ਟੂਟਰ। ਹਾਂ ਸਰ, ਮੈਂ ਚੁੰਬਕ ਵਾਂਗੂ ਖਿੱਚ ਲਿਆ ਤੁਹਾਨੂੰ। ਵਾਹ 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 ਪੁੱਤਰ, ਜ਼ਰੂਰੀ ਨਹੀਂ ਹੁੰਦਾ ਕਿ ਰੰਗ ਮਿਲਦਾ ਹੋਵੇ ਤੇ ਬੰਦਾ ਆਪਣੇ ਆਪ ਨੂੰ ਚੁੰਬਕ ਹੀ ਸਮਝੇ, ਕੋਈ ਹੋਰ ਵੀ ਕਾਰਨ ਹੋ ਸਕਦਾ। ਪਲਪਲ ਦੀਪਕ ਜੀ, ਤੁਸੀਂ ਪਲਪਲ ਦੀਪਕ ਇਹਨਾਂ ਦਾ ਨਾਮ ਹੈ ਨਾ, ਪਲਪਲ ਦੀਪਕ। ਔਰ ਯਕੀਨ ਮੰਨੀ ਪਲਪਲ ਦੇਖਣ ਦਾ ਮਨ ਵੀ ਨਹੀਂ ਕਰਦਾ ਤੇਰੇ ਨਾਲ। ਪਲਪਲ ਦੀਆਂ ਖਬਰਾਂ ਦੇ ਲਈਆਂ ਜੀ ਅਸੀਂ, ਇੱਕ ਖਬਰਾਂ ਦੇ ਲਈਆਂ। ਪੁੱਤਰ ਅੱਜ ਆਪ ਖਬਰ ਬਣ ਕੇ ਨਾ ਨਿਕਲੇਗਾ ਇੱਥੋਂ, ਜੋ ਮਰਜ਼ੀ ਕਹਿ ਦੀ।